ਮਸਲਾ ਜੀ ਵੇਖੋ ਮੇਰੇ ਸਾਥੀ ਅੱਗੇ ਦੱਸ ਕੇ ਮਸਲੇ ਬਾਰੇ, ਉਹਦੀਆਂ ਜਿੰਨੀਆਂ ਪਲੇਟਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਹੁਤ ਜ਼ਿਆਦਾ ਇਹਦਾ ਰਕਬਾ ਲੰਮਾ ਵੀ ਆ, ਅਤੇ ਪਲੇਟਾਂ ਸਾਰੀਆਂ ਬਾਹਰ ਨੂੰ ਆਈ, ਚਾਰ ਛੇ ਵੇਲੇ ਪਲੇਟਾਂ ਦੀਆਂ ਬਾਹਰ ਨੂੰ ਆਈਆਂ ਹੋਈਆਂ। ਸਾਨੂੰ ਐਂ ਲੱਗਦਾ ਕਿਸੇ ਵੇਲੇ ਹਾਦਸਾ ਹੋਇਆ ਜੇ ਇੱਕ ਹੀ ਪਲੇਟ ਖਿਸਕੀ ਜਾਂ ਕੋਈ ਪਲੇਟ ਇੱਕ ਪਾਸੋਂ ਖਿਸਕੀ, ਕੋਈ ਬੱਚਾ ਥੱਲੇ ਆਦਾ, ਸਕੂਟਰ ਥੱਲੇ, ਮੋਟਰਸਾਈਕਲ ਥੱਲੇ, ਕੋਈ ਗੱਡੀ ਥੱਲੇ, ਗੱਡੀ ਉੱਤੇ ਪਲੇਟ ਡਿੱਗ ਸਕਦੀ ਆ। ਇਹ ਬੜੇ ਖਤਰਨਾਕ ਚੀਜ਼ ਹੈ ਜੀ ਇਹ, ਹਾਂਜੀ। ਇਹਨੂੰ ਪ੍ਰਸ਼ਾਸਨ ਨੂੰ ਇਹ ਵੱਲ ਧਿਆਨ ਦੇਣਾ ਚਾਹੀਦਾ, ਜਦੋਂ ਇਹ ਕੋਈ ਨੁਕਸਾਨ ਹੋਇਆ ਵੀ ਇੱਥੇ ਗੱਡੀਆਂ ਘੁੰਮਣੀਆਂ, ਬੜੀਆਂ ਟੀਮਾਂ ਜਿਹੜੀਆਂ ਹੁਣ ਇੱਥੇ ਕੋਈ ਪ੍ਰਵਾਹ ਨਹੀਂ ਕਰਦਾ। ਤੋ ਸਾਨੂੰ ਨਹੀਂ ਪਤਾ ਲੱਗਦਾ ਕਿਹੜੇ MP ਸਾਹਿਬ ਨੂੰ ਮਿਲੀਏ, ਕਿਹੜੇ ਮੰਤਰੀ ਸਾਹਿਬ ਨੂੰ ਮਿਲੀਏ ਜਦੋਂ ਸ਼ਿਕਾਇਤ ਕਰੀਏ, ਕਿਉਂਕਿ ਸਾਡੇ ਮੰਤਰੀ ਸਾਹਿਬ ਜਿਹੜੇ ਆ, ਕਰੂ ਸਾਹਿਬ ਸਾਡੇ, ਉਹ ਅੰਦਰ ਦਿੱਤੇ ਅਸੀਂ ਸ਼ਿਕਾਇਤ ਕਰੀਏ, ਕਿਹਨੂੰ ਕਰੀਏ ਜੀ, ਹਾਂਜੀ। ਤੋ ਇਹ ਸਾਡਾ ਸਾਰੀ ਪ੍ਰਸ਼ਾਸਨ ਦਾ ਇਹੋ ਬੇਨਤੀ ਆ ਕਿ ਇਹਨਾਂ ਚੀਜ਼ਾਂ ਦਾ ਧਿਆਨ ਕੀਤਾ ਜਾਵੇ। ਬਹੁਤ ਬੁਰਾ ਇਹ ਸਰਸ ਲੈਣ ਦਾ ਬਹੁਤ ਬੁਰਾ ਆਇਆ, 2-2 ਫੁੱਟ 3-3 ਫੁੱਟ ਟੋਏ ਪਏ, ਜਦੋਂ ਬਰਸਾਤ ਹੁੰਦੀ ਹੈ ਇੱਥੇ ਵੇਖਣ ਯੋਗ ਨਜ਼ਾਰਾ ਹੁੰਦਾ, ਕੋਈ ਬੱਚਿਆਂ ਸਮੇਤ ਜਨਾਨੀਆਂ ਸਮੇਤ ਇੱਥੇ ਡਿੱਗਦੇ ਸਕੂਟਰ 'ਤੇ ਵੇਖੇ ਜਾਂਦੇ ਆ। MP ਸਾਡੇ ਜੀ ਆਪਣੇ ਅੰਮ੍ਰਿਤਪਾਲ ਸਿੰਘ ਜੀ, ਸਾਡੇ ਕੋਲ ਪਹੁੰਚ ਹੈ ਹੀ, ਕਿੱਥੇ ਕਰੀਏ, ਜੇਲ੍ਹ 'ਚ ਜਾ ਸਕਦੇ, ਜੇਲ੍ਹ ਸਾਨੂੰ ਜਾਣ ਨਹੀਂ ਦੇਣਾ ਉਹਨਾਂ ਜੀ, ਆ ਪਹੁੰਚ ਸਾਡੀ ਜੇਲ੍ਹ ਤੱਕ ਹੀ ਹੋਈ ਆ, ਜੇਲ੍ਹ 'ਚ ਹੋਰ ਕਿਹਨੂੰ ਮਿਲਾਂਗੇ ਜੀ, ਨਹੀਂ ਜੀ ਮਿਲੇ। ਸਾਡੀ ਮੰਗ ਇਹ ਵੀ ਇਹ ਪੁਲ ਨੂੰ ਸੁਧਾਰ ਲਓ, ਜੇ ਕੱਲ੍ਹ ਨੂੰ ਕੋਈ ਨੁਕਸਾਨ ਹੋਗਿਆ, ਕੋਈ ਹਾਦਸਾ ਹੋ ਗਿਆ, ਬਹੁਤ ਤਕੜਾ ਨੁਕਸਾਨ ਹੋਣਾ ਵਾ। ਇਹ ਛੋਟੀ ਜਿਹੀ ਗੱਲ ਹੀ ਜਿਹੜੀ ਗੱਲ ਪੇਸ਼ ਕਰ ਰਹੇ ਹਾਂ, ਸਾਡੀ ਬੇਨਤੀ ਹੈ ਸਰਕਾਰਾਂ ਅੱਗੇ ਵੀ ਨਿੱਕੀ ਜਿਹੀ ਗੱਲ ਹੀ ਜਿਹੜੀ ਤੁਹਾਨੂੰ ਦੱਸ ਰਹੇ ਹਾਂ, ਬਹੁਤ ਤਕੜੀ ਗੱਲ, ਇਹਨੂੰ ਸੰਭਾਲ ਲਓ, ਜੇ ਸੰਭਾਲਿਆ ਜਾਂਦਾ ਬਾਅਦ 'ਚ ਆਇਆ ਤਾਂ ਕੋਈ ਫਾਇਦਾ ਨਹੀਂ ਹੋਣਾ ਜੀ, ਇੱਥੇ ਕੋਈ ਤਾਂ ਵੀ ਬੰਦੇ ਮਰ ਗਏ, ਕੋਈ ਨੁਕਸਾਨ ਹੋ ਗਿਆ, ਬਾਅਦ 'ਚ ਆਉਂਦਾ ਕੋਈ ਫਾਇਦਾ ਨਹੀਂ ਹੁੰਦਾ। ਅਤੇ ਇਹ ਹਮੇਸ਼ਾ ਹੀ ਪ੍ਰਸ਼ਾਸਨ ਦੀ ਹੁੰਦਾ ਵੀ ਬਾਅਦ 'ਚ ਹੀ ਆਉਂਦਾ, ਪ੍ਰਸ਼ਾਸਨ ਜੋ ਵੀ ਹੁੰਦਾ ਨਾ ਹਾਦਸੇ ਤੋਂ ਬਾਅਦ ਹੀ ਪੇਸ਼ ਹੁੰਦਾ। ਜੀ ਸਿੰਘ ਸੋਨੂੰ ਜੰਡਿਆਲਾ, ਪੰਜਾਬ ਕਾਂਗਰਸ OBC ਦਾ ਮੈਂ ਪ੍ਰਧਾਨ ਹਾਂ ਜੀ ਸਟੇਟ ਦਾ। ਅੱਜ ਅਸੀਂ ਆਪਣੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਟਾਂਗਰਾ ਵਿੱਚ ਖੜ੍ਹੇ ਹਾਂ, ਔਰ ਇਹ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਪੈਂਦਾ ਟਾਂਗਰਾ, ਔਰ ਇੱਥੇ ਬੜੇ ਬੁਰੇ ਹਾਲਾਤ ਨੇ। ਅਸੀਂ ਜਿਸ ਮਸਲੇ 'ਚ ਖੜ੍ਹੇ ਹਾਂ, ਇੱਕ ਪੁਲ ਬਣ ਰਿਹਾ ਪਿਛਲੇ 2 ਸਾਲਾਂ ਤੋਂ, ਪੁਲ ਨਹੀਂ ਇੱਕ ਮੁਸੀਬਤ ਕਹਿ ਰਹੇ ਹਾਂ ਅਸੀਂ, ਕਿਉਂਕਿ ਮੁਸੀਬਤ ਇਸ ਕਰਕੇ ਆ, ਇੱਥੇ ਕੋਈ ਕੰਮ ਨਹੀਂ ਚੱਜ ਨਾਲ ਚੱਲਦਾ, ਔਰ ਜਦੋਂ ਬਾਰਿਸ਼ਾਂ ਪੈਂਦੀਆਂ ਵਾ ਤਾਂ ਮਿੱਟੀ ਜਿਹੜੀ ਆ ਖੁਰ ਖੁਰ ਕੇ ਬਾਹਰ ਆਉਂਦੀ ਹੈ, ਇੰਨੇ ਬੁਰੇ ਹਾਲਾਤ ਨੇ। ਇੱਕ ਵੀ ਪਲੇਟ ਵਿੱਚੋਂ ਖਿਸਕ ਗਈ ਅਤੇ ਇਹਦਾ ਹਾਦਸਾ ਹੋ ਜਾਣਾ, ਪੁਲ ਕਿਸੇ ਜਗ੍ਹਾ ਤੋਂ ਕਿਸੇ ਬੰਨੇ ਨੂੰ ਧੱਸਿਆ, ਕਿਸੇ ਜਗ੍ਹਾ ਤੋਂ ਕਿਸੇ ਬੰਨੇ ਨੂੰ ਧੱਸਿਆ, ਔਰ 2-3 ਵਾਰ NHA ਦੇ ਧਿਆਨ 'ਚ ਲਿਆ ਤਾ ਵਾ, ਅਧਿਕਾਰੀਆਂ ਦੇ ਧਿਆਨ 'ਚ ਲਿਆ ਤਾ, ਕਿਸੇ ਦਾ ਕੋਈ ਧਿਆਨ ਨਹੀਂ। ਜਦੋਂ ਬਾਰਿਸ਼ ਆਉਂਦੀ ਹੈ ਤਾਂ ਕਿੰਨੇ ਕਿੰਨੇ ਲੰਬੇ ਜਾਮ ਲੱਗ ਜਾਂਦੇ, ਔਰ ਕਈ ਹਾਦਸੇ ਹੁੰਦੇ ਨੇ ਇੱਥੇ, ਔਰ ਜਿੰਨਾ ਗੰਦਾ ਪਾਣੀ ਇਹ ਸੜਕ 'ਤੇ ਟੋਏ ਪਏ, ਕਿਹੜੇ ਕਿਹੜੇ 2-2 ਘੰਟੇ ਲੋਕੀ ਜਾਮ 'ਚ ਫਸਦੇ, ਔਰ ਗੰਦਾ ਪਾਣੀ ਦੁਕਾਨਾਂ ਦੇ ਅੰਦਰ ਚੱਲ ਜਾਂਦਾ। ਇੱਥੋਂ ਦੇ ਦੁਕਾਨਾਂ ਵਾਲੇ ਵਿਚਾਰੇ ਕਾਰੋਬਾਰ ਕਰਨ ਕਿ ਗੰਦਾ ਪਾਣੀ ਬਾਹਰ ਕੱਢਣ, ਇੰਨਾ ਪਰੇਸ਼ਾਨ ਹੋਏ ਨੇ ਇੱਥੇ ਲੋਕ ਜਿਹੜੇ ਆ। ਮੈਨੂੰ ਨਹੀਂ ਪਤਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਇੰਨੀਆਂ ਇੰਨੀਆਂ ਤਨਖਾਹਾਂ ਜਿਹੜੀਆਂ ਉਹ ਕਿਸ ਗੱਲ ਦੀਆਂ ਲੈਣੀਆਂ ਲੈਂਦੇ ਨੇ, ਵੇਖੋ ਕਿੰਨਾ ਕਿੰਨਾ ਟੈਕਸ ਲੋਕੀ ਪੇ ਕਰਦੇ ਨੇ, ਪਰ ਫਿਰ ਵੀ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ। ਇਹ ਪੁਲ ਜਦੋਂ ਬਣਨ ਦੀ ਮਨਿਆਦ ਜਦੋਂ ਸ਼ੁਰੂ ਹੋਈ ਸੀ, ਇੱਕ ਐਗਰੀਮੈਂਟ ਹੁੰਦਾ ਵਾ ਕਿ ਕਿੰਨੇ ਟਾਈਮ ਦੇ ਵਿੱਚ ਇਹ ਜਿਹੜਾ ਕੰਪਲੀਟ ਹੋਊਗਾ, ਇੱਥੇ ਕੋਈ ਪਤਾ ਨਹੀਂ, ਕੋਈ ਅਧਿਕਾਰੀ ਨਹੀਂ ਇੱਥੇ ਆਉਂਦਾ, ਕੋਈ ਕਿਸੇ ਨੂੰ ਲੈਣਾ ਦੇਣਾ ਨਹੀਂ। ਇੰਨੇ ਮਾੜੇ ਹਾਲਾਤ ਨੇ ਇਸ ਪੁਲ ਦੇ, ਇੱਕ ਪਲੇਟ ਕਿਤੇ ਖਿਸਕ ਗਈ ਤਾਂ ਇੱਥੇ ਵੱਡਾ ਹਾਦਸਾ ਹੋ ਜਾਣਾ। ਇਸ ਕਰਕੇ ਜੇ ਕੱਲ੍ਹ ਨੂੰ ਕੋਈ ਇੱਥੇ ਵੱਡਾ ਹਾਦਸਾ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ NHA ਦੇ ਜਿਹੜੇ ਅਧਿਕਾਰੀ ਹੋਣਗੇ, ਜਾਂ ਤਾਂ ਪੁਲ ਨੂੰ ਸਹੀ ਤਰੀਕੇ ਦੇ ਨਾਲ ਵਧੀਆ ਮੇਨਟੇਨ ਕਰਨ ਨੂੰ, ਔਰ ਜਲਦ ਤੋਂ ਜਲਦ ਜਿਹੜਾ ਇਹ ਪੁਲ ਨੂੰ ਕੰਪਲੀਟ ਕਰਨ, ਜਿੱਥੇ ਕਿਤੇ ਕੋਈ ਟਾਈਲਾਂ ਜਿਹੜੇ ਪਲੇਟਾਂ ਜਿਹੜੀਆਂ ਟੁੱਟੀਆਂ ਵਾ ਉਹਨਾਂ ਨੂੰ ਵੀ ਸਹੀ ਕਰਨ, ਜਿੱਥੋਂ ਧੱਸਿਆ ਕਿਤੇ ਉੱਥੋਂ ਵੀ ਸਹੀ ਕਰਨ, ਕਿਉਂਕਿ ਲੋਕਾਂ ਦੀ ਕਿਰਤ ਕਮਾਈ ਦੇ ਪੈਸੇ ਆ, 1-1 ਰੁਪਈਆ ਲੋਕਾਂ ਦੇ ਟੈਕਸ ਦਾ ਪੈਸਾ ਵਾ ਜਿਹੜਾ ਇੱਥੇ ਲੱਗ ਰਿਹਾ। ਇਹ ਹਾਲਾਤ ਪਿੰਡ ਟਾਂਗਰੇ ਦੇ ਐਸੇ ਕਰਦੇ ਨੇ ਅਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਇੰਨੀਆਂ ਤਨਖਾਹਾਂ ਜਿਹੜੀਆਂ ਪ੍ਰਸ਼ਾਸਨ ਦੇ ਅਧਿਕਾਰੀ ਉਹ ਕਾਹਦੀਆਂ ਲੈਂਦੇ ਨੇ, ਕਿਉਂਕਿ ਲੋਕਾਂ ਦੀਆਂ ਸੁੱਖ ਸਹੂਲਤਾਂ ਨਹੀਂ ਜੇ ਤੁਸੀਂ ਦੇ ਸਕਦੇ ਤਾਂ ਏਡੀਆਂ ਨੀਆਂ ਕੁਰਸੀਆਂ 'ਤੇ ਬਹਿਣ ਦਾ ਕੋਈ ਫਾਇਦਾ ਨਹੀਂ। AC ਕਮਰਿਆਂ 'ਚੋਂ ਬਾਹਰ ਆਓ ਔਰ ਲੋਕਾਂ ਦੀ ਸਾਰ ਲਓ ਵੀ ਲੋਕ ਤੁਹਾਡੀ ਜਾਨ ਨੂੰ ਕਿੱਦਾਂ ਰੋਣ ਡਿਆ, ਇੱਥੇ ਕਿੰਨਾ ਕਿੰਨਾ ਲੰਮਾ ਸਮਾਂ ਜਾਮ ਲੱਗਦੇ, ਅਤੇ ਇੱਥੇ ਲੋਕ ਕਾਰੋਬਾਰ ਕਰਨ ਕਿ ਗੰਦਾ ਪਾਣੀ ਵਿੱਚ ਬਾਹਰ ਕੱਢਣ ਦੁਕਾਨਾਂ 'ਚੋਂ। ਇਹ ਹਾਲਾਤ ਨੇ ਪਿੰਡ ਟਾਂਗਰੇ।
ਇਹ ਮਸਲਾ ਸਰ ਇਹ ਆ ਵੀ ਇੱਕ ਤੇ ਇਹਦੀ ਪੁਲ ਦੀ ਜਿਹੜੀ ਅਲਾਈਨਮੈਂਟ ਆ ਨਾ ਉਹ ਪਤਾ ਕਿ ਚੰਗੇ ਕਾਰੀਗਰ ਚੰਗੇ ਇੰਜੀਨੀਅਰ ਨੇ ਬਣਾਈ ਜਾਪਦੀ ਆ, ਜਿਹਨੂੰ ਸਮਝ ਨਹੀਂ ਆਈ ਪੁਲ ਬਣਦਾ ਕਿੱਦਾਂ। ਅਤੇ ਦੂਜਾ ਜਿਹੜੇ ਥਾਲੇ ਕਰੋਸਿੰਗ ਰੱਖੀ ਆ, ਇਹ ਡਾਂਗਰੇ ਪਿੰਡ ਵਿੱਚ ਲਗਭਗ 20-25 ਜਿਹੜੇ ਪਿੰਡ ਨੂੰ ਬਿਲੋਂਗ ਕਰਦੇ ਆ, ਅਤੇ ਉਹਨਾਂ ਪਿੰਡਾਂ ਦੇ ਸਾਰੇ ਜਿਹੜੇ ਬੱਚੇ ਆ, ਕੋਈ ਇੱਧਰ ਜਾਂਦਾ ਵਾ, ਕੋਈ ਉੱਧਰ ਜਾਂਦਾ, ਉੱਧਰ ਇੱਧਰ ਆਉਂਦਾ, ਅਤੇ ਸਾਰੇ ਬੱਚੇ ਜਿਹੜੇ ਬਿਲਕੁਲ ਦੂਰੋਂ ਘੁੰਮ ਕੇ ਆਉਣਾ ਪੈਂਦਾ ਉਹਨਾਂ ਨੂੰ। ਆਲਰੇਡੀ ਕਰੋਸਿੰਗ ਪੂਰੀ ਬੰਦ ਪਈ ਆ, ਅਤੇ ਕਈ ਵਾਰਾਂ ਬੱਚੇ ਦੂਰ ਜਾਣ ਦੀ ਬਜਾਏ ਕਰੋਸਿੰਗ ਜਿਹੜੇ ਥੱਲਿਓਂ ਦੀ ਕਰਨ ਦੀ ਕੋਸ਼ਿਸ਼ ਕਰਦੇ ਆ, ਕਈ ਵਾਰ ਉਹਨਾਂ 'ਤੇ ਸੱਟਾਂ ਵੀ ਲੱਗਦੀਆਂ, ਅਤੇ ਪੁਲ ਵੀ ਹਾਲਤ ਖਸਤਾ ਪਈ ਆ, ਅਤੇ ਇੰਨਾ ਲੰਮਾ ਸਮਾਂ ਜਿਹੜਾ ਇਹ ਪੁਲ ਆ ਇਹ ਬਣ ਹੀ ਨਹੀਂ ਰਿਹਾ, ਸਮਝ ਨਹੀਂ ਆ ਰਹੀ ਵੀ ਇਹ ਕੀ ਕੁਛ ਹੋ ਰਿਹਾ ਅਤੇ ਇਹ ਕਿਵੇਂ ਹੱਲ ਹੋਵੇਗਾ। ਸੋ ਸਾਰੇ ਦੁਕਾਨਦਾਰ ਜੀ ਆਸੇ ਪਾਸੇ ਦੇਖੋ, ਦੁਕਾਨਾਂ ਬੰਦ ਪਈਆਂ ਬਹੁਤੀਆਂ, ਲੋਕਾਂ ਦਾ ਗਾਹਕ ਹੈ ਨਹੀਂ, ਅਤੇ ਲੋਕ ਕਰਨਗੇ ਕੀ ਜਦੋਂ ਪੁਲ ਚਾਲੂ ਹੀ ਨਹੀਂ ਹੋਏਗਾ। ਇੱਥੇ ਜਾਮ ਲੱਗਾ, ਜਿਹੜੀ ਜਿਹੜੀ ਸਰਵਿਸ ਰੋਡ ਆ ਪੁਲ ਦੇ ਨਾਲ ਜਾਂਦੀ, ਜੇ ਥਾਣੀ ਇਸ ਟੈਪ 'ਤੇ ਲੰਘਦੀ ਆ, ਉਹ ਤਾਂ ਇੰਨੀ ਮਾੜੀ ਹਾਲਾਤ ਆ ਕਿ ਤੁਸੀਂ ਦੇਖੋ ਇੱਥੇ 2-2 ਫੁੱਟ ਦੇ ਟੋਏ ਆ, ਜਿਹਨਾਂ ਮੀਂਹ ਪਾਉਂਦਾ ਪੈਂਦਾ ਉਦੋਂ ਬਹੁਤ ਬੁਰੀ ਹਾਲਾਤ ਹੋ ਜਾਂਦੀ ਆ। ਇਸ ਕਰਕੇ ਇਹ ਜਾਪਦਾ ਕਿ ਇੱਥੇ ਇਹ ਪੁਲ ਜਿਹੜਾ ਵਾ ਇਹ ਜਾਂ ਤਾਂ ਬਣਨਾ ਹੀ ਨਹੀਂ, ਅਤੇ ਜੇ ਬਣਿਆ ਤਾਂ ਬਣਨ ਤੋਂ ਬਾਅਦ ਹੀ ਪਤਾ ਨਹੀਂ ਇਹ ਕਦੋਂ ਡਿੱਗ ਪੈਣਾ। ਇਹਦੀ ਪੂਰੀ ਵੈਰੀਫਿਕੇਸ਼ਨ ਕਰਾਈ ਜਾਵੇ, ਇਹਦੀ ਪੂਰੀ ਜਾਂਚ ਕਰਾਈ ਜਾਵੇ ਕਿ ਕਾਰਨ ਕੀ ਹੈ, ਇਹ ਕਿਉਂ ਨਹੀਂ ਹੋ ਰਿਹਾ। ਬਸ ਇਹੀ ਲੋਕਾਂ ਦੀ ਮੰਗ ਆ, ਤਾਂ ਕਿ ਇਹ ਜਿਹੜੀ ਆ ਲੋਕਾਂ ਦੀ ਸੇਫਟੀ ਵਾਸਤੇ ਕੰਮ ਜਿਹੜਾ ਛੇਤੀ ਤੋਂ ਛੇਤੀ ਕੀਤਾ ਜਾਵੇ। ਮਸਲਾ ਇੱਥੇ ਸਰ ਪੁੱਲ ਦਾ ਹੀ ਆ, ਜੋ ਕਿ ਪਿਛਲੇ 2 ਸਾਲ ਤੋਂ ਲਗਭਗ ਇਹ ਕੰਮ ਲਮਕ ਰਿਹਾ ਵਾ, ਅਤੇ ਸਾਰੀ ਦੁਨੀਆ ਪਰੇਸ਼ਾਨ ਆ, ਅਤੇ ਪੁੱਲ ਵੀ ਜਿਹੜਾ ਵਾ ਬਹੁਤ ਗਲਤ ਬਣਿਆ ਵਾ, ਇਹ ਵਿੱਚੋਂ ਸਾਰਾ ਧੱਸਿਆ ਹੋਇਆ ਵਾ, ਜਦੋਂ ਮੀਂਹ ਪੈਂਦਾ ਵਾ ਸਾਰਾ ਪਾਣੀ ਜਿਹੜਾ ਵਾ ਉਹ ਨਾਲ ਮਿੱਟੀ ਵੀ ਬਾਹਰ ਆਉਂਦੀ ਆ, ਅਤੇ ਉਹ ਜਿਹਾ ਸਾਨੂੰ ਮੁਲਾਜ਼ਮਾਂ ਨੇ ਦੱਸਿਆ ਵੀ ਹੈਗਾ ਵੀ ਇਹ ਪੁੱਲ ਉੱਤੋਂ ਕਰੈਕ ਹੋ ਚੁੱਕਾ ਵਾ। ਹੁਣ ਪਤਾ ਨਹੀਂ ਵੀ ਇਹ ਚੱਕਰ ਹੈਗੀ ਆ, ਸਰਕਾਰ ਪੈਸੇ ਨਹੀਂ ਦੇਣ ਦੀ ਜਾਂ ਇਹ ਠੇਕੇਦਾਰ ਮਾੜੇ ਆ, ਪਰ ਲੋਕਾਂ ਲਈ ਬੜੇ ਪਰੇਸ਼ਾਨੀ ਦਾ ਕਾਰਨ ਬਣਿਆ ਵਾ, 2 ਸਾਲ ਤੋਂ ਲੋਕ ਪਰੇਸ਼ਾਨ ਹੁੰਦੇ ਆ। ਇਹ ਅਸੀਂ ਤਾਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਜਲਦੀ ਪੁੱਲ ਬਣਾਇਆ ਜਾਵੇ ਅਤੇ ਇਲਾਕੇ ਨੂੰ ਇਹਦੀ ਸਹੂਲਤ ਮਿਲ ਸਕੇ, ਅਤੇ ਇਹ ਪੁੱਲ ਨੂੰ ਪਹਿਲਾਂ ਤਾਂ ਇੰਜੀਨੀਅਰ ਆ ਕੇ ਚੈੱਕ ਕਰਨ ਵੀ ਇਹ ਪਾਸ ਹੋਊਗਾ, ਇਹ ਨਾ ਹੋਵੇ ਵੀ ਇਹਦਾ ਮੂਹਰਤ ਹੋ ਜਾਵੇ, ਇਹ ਚੱਲ ਪਏ ਅਤੇ ਤੀਜੇ ਦਿਨ ਡਿੱਗ ਪਏ, ਅਤੇ ਇੱਥੇ ਵੱਡਾ ਹਾਦਸਾ ਹੋ ਜਾਵੇ। ਇਹ ਸਰਕਾਰ ਨੂੰ ਇੱਧਰ ਧਿਆਨ ਦੇਣ ਦੀ ਲੋੜ ਆ। ਹੋਰ ਖਤਰਾ ਸਰ, ਪਰੇਸ਼ਾਨੀ ਬਹੁਤ ਜ਼ਿਆਦਾ ਆ, ਜਿਹੜੀ ਸੜਕ 'ਤੇ ਲਾਗੇ ਸਰਵਿਸ ਲਾਈਨ ਵੀ ਬਣੀ ਆ, ਇਹ ਵੀ ਥਾਂ ਥਾਂ ਤੋਂ ਟੋਏ ਪਏ ਆ, ਇਹ ਵੀ ਰਿਪੇਅਰ ਨਹੀਂ ਕਰਦੇ, ਜਦੋਂ ਮੀਂਹ ਪੈਂਦਾ ਵਾ ਉਦੋਂ ਵੀ ਬਹੁਤ ਜ਼ਿਆਦਾ ਮੁਸ਼ਕਲ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਵਾ, ਅਤੇ ਇੱਥੇ ਕਾਰਾਂ ਲੋਕਾਂ ਦੀਆਂ ਫਸ ਜਾਂਦੀਆਂ ਅਤੇ ਲੰਮੇ ਲੰਮੇ ਜਾਮ ਲੱਗਦੇ ਆ, 2-2 ਘੰਟੇ ਲੋਕ ਇੱਥੇ ਲੜਨ ਲੱਗੇ ਰਹਿੰਦੇ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇੱਕ ਤਾਂ ਪੁੱਲ ਛੇਤੀ ਛੇਤੀ ਚਾਲੂ ਕਰਾਇਆ ਜਾਵੇ, ਅਤੇ ਪਹਿਲਾਂ ਇਹਦਾ ਇੰਜੀਨੀਅਰ ਲਿਆ ਕੇ ਇਹਨੂੰ ਚੈੱਕ ਕੀਤਾ ਜਾਵੇ ਵੀ ਵਾਕਿਆ ਇਹ ਚੱਲਣ ਯੋਗ ਹੈ ਜਾਂ ਕਿਸ ਤਰ੍ਹਾਂ, ਨਹੀਂ ਤਾਂ ਇਹਦੀ ਜਿੱਦਾਂ ਮੁਰੰਮਤ ਹੁੰਦੀ ਜਾਂ ਇਹਨੂੰ ਢਾਹ ਕੇ ਪਾਉਣਾ ਉੱਦਾਂ ਬਣਾਇਆ ਜਾਵੇ, ਅਤੇ ਠੇਕੇਦਾਰਾਂ ਨਾਲ ਜਿਹੜਾ ਵਾ ਉਹ ਸੰਪਰਕ ਕੀਤਾ ਜਾਵੇ, ਜੇ ਠੇਕੇਦਾਰ ਮਾੜੇ ਤੋਂ ਬਦਲ ਦਿੱਤੇ ਜਾਣ ਅਤੇ ਸਰਵਿਸ ਲਾਈਨ ਜਿਹੜੀ ਥੱਲੇ ਚੱਲ ਰਹੀ ਰੋਡ ਉਹਨੂੰ ਰਿਪੇਅਰ ਕੀਤਾ ਜਾਵੇ। ਇਹ ਦੁਕਾਨਦਾਰਾਂ ਲਈ ਬੜੀ ਮੁਸ਼ਕਲ ਬਣੀ ਹੈ, ਦੁਕਾਨਦਾਰ ਇੱਥੇ ਕੋਈ ਗਾਹਕ ਨਹੀਂ ਖਲੋਂਦਾ, ਇੱਥੇ ਲੰਮੇ ਲੰਮੇ ਜਾਮ ਲਾਈ ਜਾਂਦੇ, ਦੁਕਾਨਦਾਰ ਵੀ ਵਿਚਾਰੇ ਬਹੁਤ ਪਰੇਸ਼ਾਨ ਹੋਏ ਪਏ ਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।